ਜਿਹੜਾ ਕਿ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਬੱਡੀ ਜਗਤ ਦੇ ਵੱਲੋਂ ਹਰ ਜਿਹੜੇ ਧਰਨੇ ਲੱਗਦੇ ਨੇ ਪੰਜਾਬ ਦੇ ਵਿੱਚ ਇਸ ਟਾਈਮ ਉਹਨਾਂ ਨੂੰ ਸੰਬੋਧਨ ਕਰਦੇ ਨੇ, ਉੱਥੇ ਜਾਂਦੇ ਨੇ, ਸਪੀਚ ਵੀ ਕਰਦੇ ਨੇ। ਕਬੱਡੀ ਦੀ ਕਮੈਂਟਰੀ ਕਰਦਿਆਂ ਨੂੰ ਅਰਾਊਂਡ 20 ਈਅਰ 20 ਸਾਲ ਹੋ ਗਏ ਆ। ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇੰਟਰਨੈਸ਼ਨਲ ਲੈਵਲ 'ਤੇ ਵੀ ਬਹੁਤ ਵਧੀਆ ਕਮੈਂਟਰੀ ਕੀਤੀ ਇਹਨਾਂ ਨੇ, ਕਿਵੇਂ ਕਮੈਂਟਰੀ ਦੇ ਵਿੱਚ ਆਏ, ਅੱਜ ਕੱਲ੍ਹ ਕੀ ਹੋ ਰਿਹਾ। ਜੇ ਮੈਂ ਹੋਰ ਵੀ ਤੁਹਾਨੂੰ ਇੱਕ ਗੱਲ ਦੱਸਾਂ, ਸਮਾਜ ਸੇਵਕ ਵੀ ਬਹੁਤ ਵਧੀਆ ਨੇ, ਸਮਾਜ ਲਈ ਸੇਵਾ ਵੀ ਕਰਦੇ ਨੇ NRI ਵੀਰਾਂ ਤੋਂ ਕਿਤੇ ਨਾ ਕਿਤੇ ਜਿੱਥੋਂ ਵੀ ਕੋਈ ਤਿਲ ਫੁੱਲ ਪਾਉਂਦਾ। ਸੋ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਬਾਰੇ ਹੋਣਗੀਆਂ। ਆਓ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਜਲਾਲ ਸਾਹਿਬ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ, ਜਿਹਨੇ ਵੀ ਟੀਮ ਪੰਜਾਬੀ ਨੂੰ ਦੇਖ ਰਹੇ ਆ, ਸੁਣ ਰਹੇ ਆ, ਸਾਰਿਆਂ ਦਾ ਪਹਿਲੀ ਗੱਲ ਤੇ ਧੰਨਵਾਦ ਜੀ। ਲੱਕੀ ਕਰਾਲੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜਲਾਲ ਸਾਹਿਬ। ਕਿਵੇਂ ਚੱਲ ਰਿਹਾ ਕਰੋਨਾ, ਕਿਉਂਕਿ ਕਰੋਨਾ ਦੀ ਮਹਾਮਾਰੀ ਦੇ ਵਿੱਚ ਟੂਰਨਾਮੈਂਟ ਵੀ ਨਹੀਂ ਹੋ ਸਕੇ, ਤਾਂ ਕਾਫੀ ਜਿਹੜੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਨੇ, ਜਿਹੜੀ ਜਗ੍ਹਾ ਤੇ ਮੇਲੇ ਵੀ ਲੱਗਦੇ ਆ ਪੰਜਾਬ ਦੇ ਵਿੱਚ, ਉਹ ਵੀ ਬੰਦ ਰਹੇ ਨੇ ਸਾਰਾ ਸੀਜ਼ਨ। ਪਰ ਹੁਣ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨੌਜਵਾਨ ਜਿਹੜੇ ਨੇ ਤੁਹਾਡੇ ਵਰਗੇ, ਉਹ ਜਾ ਰਹੇ ਨੇ ਧਰਨਿਆਂ 'ਤੇ, ਬੜਾ ਇਕੱਠ ਹੁੰਦਾ। ਪਰ ਉਸ ਤੋਂ ਪਹਿਲਾਂ ਮੈਨੂੰ ਕਰੋਨਾ ਬਾਰੇ ਦੱਸੋ, ਮਾਸਕ ਦੀ ਹੁਣ ਕੋਈ ਪਾਬੰਦੀ ਤਾਂ ਨਹੀਂ ਪੰਜਾਬ ਦੇ ਵਿੱਚ? ਪਹਿਲਾਂ ਤਾਂ ਮਾਸਕ 'ਤੇ ਚਲਾਨ ਕੱਟੇ ਜਾਂਦੇ ਸੀ, ਮਾਸਕ ਨਹੀਂ ਪਾਉਂਦੇ, ਹੁਣ ਵੀ ਕੱਟ ਰਹੇ ਨੇ ਚਲਾਨ? ਦੇਖੋ ਜੀ, ਕਰੋਨਾ ਪਤਾ ਨਹੀਂ ਤਾਂ ਬਿਮਾਰੀ ਸੀ, ਪਤਾ ਨਹੀਂ ਨਹੀਂ ਸੀ ਜੀ, ਪਰ ਇਹਨੇ ਸਾਨੂੰ ਜਿੱਦਾਂ ਆਪਾਂ ਕਹਿ ਲਈਏ ਵੀ ਜਮਾ ਮਾਰ ਕੇ ਰੱਖਤਾ, ਇਕੱਲੇ ਕਬੱਡੀ ਵਾਲਿਆਂ ਨੂੰ ਨਹੀਂ ਜੀ, ਸਾਰੇ ਵਰਗਾਂ ਨੂੰ ਬਹੁਤ ਵੱਡੇ ਪੱਧਰ ਤੇ ਲੌਸ ਹੋਇਆ। ਇਹ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਵੀ ਇੱਦਾਂ ਕਰਕੇ ਵੀ ਆਪਾਂ ਲੋਕਾਂ ਦਾ ਧਿਆਨ ਭਟਕਾਈਏ, ਤੇ ਇਸ ਤਰ੍ਹਾਂ ਦੇ ਆਰਡੀਨੈਂਸ ਜਿਹੜੇ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਲੈ ਕੇ ਆਉਂਦੇ ਆ ਨਾ ਲੋਕਾਂ ਦੇ ਮੂੰਹ ਤੇ ਮੂੰਹ ਬੰਦ ਕਰਵਾ ਕੇ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਮਾਸਕ ਦੇ ਚਲਾਨ ਕੱਟ ਹੋ ਰਹੇ ਜਾਂ ਨਹੀਂ ਪੰਜਾਬ 'ਚ, ਕਿਉਂਕਿ ਮੈਂ ਤਾਂ ਦੇਖ ਨਹੀਂ ਰਿਹਾ ਕਿਤੇ ਵੀ ਧਰਨਿਆਂ 'ਤੇ ਮਾਸਕ ਪਾਏ ਜਾਣ, ਪੁਲਿਸ ਵੀ ਉੱਥੇ ਹੀ ਹੁੰਦੀ ਆ, ਕੱਟ ਰਹੇ ਨੇ ਚਲਾਨ? ਪਹਿਲਾਂ ਤਾਂ ਕਾਰ 'ਚ ਇਕੱਲਾ ਵੀ ਬੰਦਾ ਬਹਿੰਦਾ ਸੀ, ਜਦੋਂ ਮੈਂ ਇੰਡੀਆ ਸੀ ਤਾਂ ਚਲਾਨ ਇੱਕ ਦੋ ਵਾਰੀ ਮੇਰਾ ਵੀ ਕੱਟ ਹੋਇਆ। ਇੱਕ ਵਾਰੀ ਲਾਂਬੜੇ ਮੈਨੂੰ ਰੋਕ ਲਿਆ, ਉਹਨਾਂ ਨੇ ਮੇਰਾ ਚਲਾਨ ਕੱਟਤਾ, ਕਹਿੰਦੇ ਤੂੰ ਇਕੱਲਾ, ਤੈਨੂੰ ਮਾਸਕ ਪਾਉਣਾ ਪੈਣਾ। ਹੁਣ ਵੀ ਇਹੋ ਜਿਹੀ ਹੈ ਪਾਬੰਦੀ ਕਿਤੇ ਕਿ ਨਹੀਂ? ਨਹੀਂ ਜੀ, ਹੁਣ ਕਾਗਜ਼ਾਂ 'ਚ ਤਾਂ ਹੈਗੀ ਆ, ਅੱਛਾ ਜੀ, ਕਹਿ ਲਈਏ ਪੇਪਰ ਵਰਕ 'ਚ ਤਾਂ ਹੈਗੀ ਆ, ਪਰ ਉੱਦਾਂ ਉਹ ਅਮਲੀ ਰੂਪ 'ਤੇ ਹੈ ਨਹੀਂ ਗਿਆ, ਹੈ ਨਾ, ਤੇ ਕੋਈ ਨਹੀਂ, ਕਿਉਂਕਿ ਇਸ ਟਾਈਮ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਹੋਰ ਹੈ। ਪਹਿਲਾਂ ਦਹਿਸ਼ਤ ਦਾ ਮਾਹੌਲ ਸੀ ਜਦੋਂ ਕਰੋਨਾ ਸੀ, ਲੋਕਾਂ ਨੂੰ ਇਹ ਸੀਗਾ ਪਤਾ ਨਹੀਂ ਬਚਣਾ ਪਤਾ ਨਹੀਂ ਨਹੀਂ ਬਚਣਾ ਜੀ, ਪਰ ਹੁਣ ਜਿਹੜੇ ਆਰਡੀਨੈਂਸ ਬਿੱਲ ਜਿਹੜੇ ਕਾਨੂੰਨ ਸਰਕਾਰ ਲੈ ਕੇ ਆ ਰਹੀ ਆ, ਹੁਣ ਤਾਂ ਇਹ ਕਲੀਅਰ ਹੀ ਹੋ ਗਿਆ ਵੀ ਜੇ ਇਹ ਲਾਗੂ ਹੁੰਦੇ ਆ ਤਾਂ ਸਾਡੀ ਮੌਤ ਆ। ਐਗਜੈਕਟਲੀ, ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਅੱਛਾ, ਕਿਵੇਂ ਚੱਲ ਰਿਹਾ ਕਿਸਾਨਾਂ ਦੇ ਧਰਨਿਆਂ 'ਤੇ? ਤੁਸੀਂ ਪਹੁੰਚਦੇ ਹੋ ਰੋਜ਼, ਕਿਤੇ ਨਾ ਕਿਤੇ ਜਾਂਦੇ ਹੋ, ਮੈਂ ਤੁਹਾਡੀਆਂ ਵੀਡੀਓ ਤੁਹਾਡੇ ਫੇਸਬੁੱਕ 'ਤੇ ਵੀ ਦੇਖਦਾ ਰਹਿੰਦਾ, ਤੁਸੀਂ ਲਾਈਵ ਹੋ ਕੇ ਵੀ ਬੋਲਦੇ ਹੋ ਆਪਣੇ ਫੇਸਬੁੱਕ ਪੇਜ 'ਤੇ ਵੀ, ਅਤੇ ਉੱਥੇ ਜਾ ਕੇ ਵੀ ਤੁਸੀਂ ਸਪੀਚ ਕਰਦੇ ਹੋ ਡਿਫਰੈਂਟ ਡਿਫਰੈਂਟ ਜਿੱਥੇ ਜਿੱਥੇ ਵੀ ਧਰਨੇ ਲੱਗਦੇ ਨੇ। ਸਭ ਤੋਂ ਪਹਿਲਾਂ ਮੇਰਾ ਕੁਐਸਚਨ ਇਹ ਰਹੇਗਾ ਕਿ ਜਿਹੜੇ ਆਰਡੀਨੈਂਸ ਬਿੱਲ ਆਏ ਨੇ, ਜਿਹੜੇ 3 ਬਿੱਲ ਆ ਪੰਜਾਬ ਦੇ ਵਿੱਚ ਲਾਗੂ ਕੀਤੇ ਗਏ ਨੇ, ਜਿਹੜੇ ਹਿੰਦੁਸਤਾਨ ਦੇ ਵਿੱਚ, ਮੈਂ ਕਹਿ ਸਕਦਾ ਭਾਰਤ ਦੇ ਵਿੱਚ, ਇੰਡੀਆ 'ਚ, ਉਹ ਸਾਰਿਆਂ ਨੂੰ ਪਤਾ ਹੀ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ, ਕਿਸਾਨੀ ਖਤਮ ਹੋ ਜਾਏਗੀ, ਕਿਸਾਨ ਖਤਮ ਹੋ ਜਾਣਗੇ। ਸੋ ਪੰਜਾਬ ਜਿਹੜਾ ਹੱਸਦਾ ਵੱਸਦਾ, ਹੁਣ ਤਾਂ ਅੱਗੇ ਹੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਹੇ ਨੇ, ਪਿੱਛੋਂ ਜੇ ਨਸ਼ਿਆਂ ਦੀ ਗੱਲ ਕਰੀਏ, ਪੰਜਾਬ 'ਤੇ ਬੜਾ ਵੱਡਾ ਧੱਬਾ ਆ, ਨਸ਼ੇ ਕਰ ਰਿਹਾ ਪੰਜਾਬ ਦੇ ਵਿੱਚ 50% ਨੌਜਵਾਨ ਉੱਧਰ ਨੂੰ ਹੋਏ ਨੇ। ਹੁਣ ਇਹ ਨਵਾਂ ਇੱਕ ਆ ਗਿਆ, ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਦੇ? ਜਿਹੜੇ ਤੁਸੀਂ ਤਾਂ ਜਾਂਦੇ ਹੋ ਆਪ ਧਰਨਿਆਂ 'ਤੇ, ਕਿਹੋ ਜਿਹਾ ਰਿਸਪੋਂਸ ਮਿਲ ਰਿਹਾ, ਔਰ ਇਹ ਬਿੱਲਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਇਹ ਆਰਡੀਨੈਂਸ ਬਿੱਲ ਆਏ ਆ ਜੀ, ਪਹਿਲੀ ਗੱਲ ਤੇ ਆਪਾਂ ਕਹਿ ਲਈਏ ਵੀ ਹਜੇ 40% ਲੋਕਾਂ ਨੂੰ ਇਹਨਾਂ ਬਾਰੇ ਪਤਾ ਆ ਜੀ। ਜਦੋਂ ਕਦੇ ਵੀ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਆਪਾਂ ਫੀਡਬੈਕ ਲਈ ਦੀ ਆ ਲੋਕਾਂ ਤੋਂ, ਹੱਥ ਖੜੇ ਕਰਵਾਈ ਦੇ ਆ ਵੀ ਤੁਸੀਂ ਦੱਸੋ ਤੁਹਾਨੂੰ ਆਰਡੀਨੈਂਸ ਬਿੱਲਾਂ ਬਾਰੇ ਪਤਾ ਵੀ ਕੀ ਆ ਰਿਹਾ, ਕੀ ਸੈਂਟਰ ਗੌਰਮੈਂਟ ਦੀ ਜਿਹੜੀ ਪਾਲਿਸੀ ਆ ਅਗਲੀ, ਤਾਂ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ। ਹਜੇ ਮੈਂ ਕੱਲ੍ਹ ਦੀ ਗੱਲ ਦੱਸਦਾ ਤੁਹਾਨੂੰ ਜੀ, ਇੱਕ ਟੂਰਨਾਮੈਂਟ 'ਤੇ ਸੀਗੇ ਤਾਂ ਉੱਥੇ ਜਦੋਂ ਹੱਥ ਖੜੇ ਕਰਾਏ ਗਏ ਤਾਂ ਸਿਰਫ 5 ਬੰਦਿਆਂ ਨੇ ਹੱਥ ਖੜੇ ਕੀਤੇ, ਬੰਦਾ ਉੱਥੇ ਸੀਗਾ ਘੱਟੋ ਘੱਟ 5-6 ਹਜ਼ਾਰ। ਅੱਛਾ ਜੀ, ਕਿਉਂਕਿ ਨੌਲੇਜ ਨਹੀਂ ਲੋਕਾਂ ਨੂੰ, ਪਤਾ ਹੀ ਨਹੀਂ ਕੀ ਆ ਬਿੱਲ, ਕੀ ਕਹਿੰਦੇ ਇਹਨੂੰ। ਸਾਡੇ ਲੋਕ ਨਾ ਜੀ ਪਤਾ ਨਹੀਂ ਤਾਂ ਨੌਲੇਜ ਲੈਣਾ ਨਹੀਂ ਚਾਹੁੰਦੇ, ਪਤਾ ਨਹੀਂ, ਸਾਨੂੰ ਇੱਕ ਪੰਜਾਬੀਆਂ ਨੂੰ ਆਦਤ ਹੈ ਵੀ ਇੱਕ ਥਾਣੀ ਦੀ ਪਾਈ ਤੇ ਦੂਜੀ ਥਾਣੀ ਦੀ ਕੱਢਤੀ, ਜੇ ਕੋਈ ਸੰਘਰਸ਼ ਕਰ ਰਿਹਾ ਤਾਂ ਆਪਣੇ ਲੋਕਾਂ ਨੂੰ ਇੱਦਾਂ ਲੱਗਦਾ ਹੁੰਦਾ ਵੀ ਇਹ ਤਾਂ ਉਹੀ ਬੈਠੇ ਆ। ਸੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਟਾਈਮ ਲਾਮਬੰਦੀ ਦੀ ਹੈ ਜੀ, ਲੋਕਾਂ ਨੂੰ ਸਮਝਾਉਣਾ ਪੈਣਾ ਵੀ ਇਹ ਬਿੱਲ ਕੀ ਨੇ ਜੀ, ਔਰ ਇਹਨਾਂ ਦੇ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਗੇ। ਸੋ ਕਿਸਾਨ ਜਥੇਬੰਦੀਆਂ ਜਿਹੜੀਆਂ 30 ਕਿਸਾਨ ਜਥੇਬੰਦੀਆਂ ਉਹ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ। ਮੈਂ ਪਿਛਲੀ 25 ਸਤੰਬਰ ਤੋਂ ਇਹਨਾਂ ਦੇ ਨਾਲ ਜਿੱਦਾਂ ਪਹਿਲਾਂ ਚੱਕਾ ਜਾਮ ਹੋਇਆ ਸੀਗਾ ਜੁੜਿਆ ਹੋਇਆ ਜੀ,
ਜੀ ਸੋ ਪਹਿਲਾਂ ਜਦੋਂ ਸੀਗੇ ਆਪਾਂ ਦੇਖਦੇ ਹੁੰਦੇ ਸੀਗੇ ਧਰਨੇ ਲੱਗੇ ਆ ਕਿਤੇ ਤਾਂ ਸੌਰੀ ਫੋਨ ਆ ਗਿਆ ਵਿੱਚ ਮੈਂ ਬੰਦ ਕੀਤਾ ਸੀਗਾ ਪਹਿਲਾਂ ਜਦੋਂ ਸੀਗੇ ਧਰਨੇ ਲੱਗਦੇ ਤਾਂ ਕਿਸਾਨ ਜਥੇਬੰਦੀਆਂ ਬਹਿੰਦੇ ਸੀ ਲੋਕ ਡੀਸੀ ਦਫ਼ਤਰਾਂ ਮੂਹਰੇ ਜਾਂ ਕਿਤੇ ਵੀ ਉਹ ਆਪਦਾ ਪ੍ਰੋਟੈਸਟ ਕਰਦੇ ਸੀਗੇ ਕਿਸੇ ਵੀ ਗੱਲ ਨੂੰ ਲੈ ਕੇ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਪਾਇਆ ਜਾਂਦਾ ਸੀ ਯਾਰ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਤੇ ਜਾਂਦੇ ਆ ਜਾਂ ਤਾਂ ਉਹਨਾਂ ਨੇ ਕਰਜ਼ਾ ਦੇਣਾ ਤੇ ਜਾਂ ਉਹ ਡਾਊਨ ਆ ਤਾਂ ਕਰਕੇ ਉਹ ਉੱਥੇ ਆ ਕੇ ਰੌਲਾ ਪਾਉਂਦੇ ਆ ਪਰ ਇਹ ਗੱਲ ਬਿਲਕੁਲ ਹੀ ਉਲਟ ਆ ਹੁਣ ਜਦੋਂ ਜਾ ਕੇ ਉਹਨਾਂ ਦੇ ਵਿੱਚ ਵਿੱਚ ਵੜੇ ਆ ਉਹਨਾਂ ਤੋਂ ਜਿੱਦਾਂ ਆਪਾਂ ਕਹਿ ਲਈਏ ਵੀ ਉਹਨਾਂ ਬਾਰੇ ਜਾਣਿਆ ਤਾਂ ਉਹ ਤਾਂ ਗੱਲ ਹੀ ਉਲਟ ਆ ਜੀ ਉਹ ਤਾਂ ਸਾਡੇ ਹੱਕਾਂ ਲਈ ਬੈਠੇ ਆ ਆਪਦੀ ਨੌਜਵਾਨੀ ਲਈ ਬੈਠੇ ਆਪਣੇ ਬੱਚਿਆਂ ਲਈ ਬੈਠੇ ਉਹ ਸਾਡੇ ਲਈ ਬੈਠੇ ਤੇ ਅਸੀਂ ਉਹਨਾਂ ਨੂੰ ਇੰਨੇ ਗਲਤ ਤਰੀਕੇ ਨਾਲ ਸਾਡੀ ਨਜ਼ਰ ਉਹਨਾਂ ਨੂੰ ਦੇਖ ਰਹੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਵੀ ਆ ਜਾਂ ਬਜ਼ੁਰਗ ਵੀ ਨੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਕੀ ਹੋਣਾ ਕਿਉਂਕਿ ਉਹ ਕਿਹੜਾ ਜਾਂ ਆਪਾਂ ਕਹਿ ਲਈਏ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਜਾਂ ਕੋਈ ਵੀ ਟੀਵੀ ਵਗੈਰਾ ਦੇਖਦੇ ਆ ਹਨਾ ਨੈਸ਼ਨਲ ਮੀਡੀਆ ਤਾਂ ਦਿਖਾ ਨਹੀਂ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਅੱਜ ਲੋੜ ਹੈ ਲੋਕਾਂ ਨੂੰ ਸਮਝਾਉਣ ਦੀ ਵੀ ਇਹ ਬਿੱਲ ਕੀ ਨੇ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਕੀ ਹੋਣਗੇ ਅਜੇ ਅਸੀਂ ਬਹੁਤ ਨਾਕਾਮ ਆ ਇਸ ਚੀਜ਼ ਨੂੰ ਲੈ ਕੇ ਅਜੇ ਪ੍ਰੋਪਰ ਅਸੀਂ ਪੂਰੇ ਪੰਜਾਬ ਨੂੰ ਲਾਮਬੰਦ ਨਹੀਂ ਕਰ ਸਕੀ ਜੀ ਬਿਲਕੁਲ ਇਹ ਬਿਲਕੁਲ ਤੁਹਾਡੀ ਸਹੀ ਗੱਲ ਆ ਕਿਉਂਕਿ ਮੈਂ ਕਹਿੰਦਾ ਕਿਤੇ ਨਾ ਕਿਤੇ ਇਹ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਮੈਂ ਕਿੰਨਾ ਕਿ ਘਾਟ ਆ ਉਹਨਾਂ ਨੂੰ ਪਹਿਲਾਂ ਹੀ ਇਹ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਥਰੂ ਹੁਣ ਤਾਂ ਬਹੁਤ ਪ੍ਰਚਾਰ ਹੋ ਰਹੇ ਨੇ ਪਰ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਤੁਸੀਂ ਆਪ ਫਿਰਦੇ ਤੁਰਦੇ ਹੋ ਬੁਲਾਰੇ ਹੋ ਪਰ ਤੁਹਾਨੂੰ ਵੀ ਨੌਲੇਜ ਨਹੀਂ ਸੀ ਪੂਰੀ ਕਿ ਜਥੇਬੰਦੀਆਂ ਕੰਮ ਕੀ ਕਰ ਰਹੀਆਂ ਕਿਤੇ ਨਾ ਕਿਤੇ ਮੈਂ ਕਹਿੰਦਾ ਇੰਟਰਨੈਟ ਨਾਲ ਜੁੜਨਾ ਬਹੁਤ ਜ਼ਰੂਰੀ ਆ ਜਥੇਬੰਦੀਆਂ ਨੂੰ ਸੋਸ਼ਲ ਮੀਡੀਆ ਨਾਲ ਲੇਟ ਜੁੜੀਆਂ ਨੇ ਨਹੀਂ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਥੇਬੰਦੀਆਂ ਦਾ ਇਹਦੇ ਵਿੱਚ ਕਸੂਰ ਆ ਜਥੇਬੰਦੀਆਂ ਦਾ ਕਸੂਰ ਨਹੀਂ ਸਾਡਾ ਆਪਣਾ ਕਸੂਰ ਆ ਸਾਨੂੰ ਵੀ ਪਤਾ ਕਰਨਾ ਚਾਹੀਦਾ ਵੀ ਉਹ ਬਿੱਲ ਕੀ ਆ ਕੀ ਆ ਰਿਹਾ ਉਹ ਲੋਕ ਕਿਉਂ ਬੈਠੇ ਆ ਜੀ ਜੀ ਦੇਖੋ ਉਹ ਇੱਕ ਆਪਾਂ ਕਹਿ ਲਈਏ ਵੀ ਬਜ਼ੁਰਗ ਨੇ 80 ਸਾਲ ਤੋਂ ਲੈ ਕੇ ਜਾਣੀ ਕਿ ਵੀ ਉੱਥੇ ਤੱਕ ਜਿਹੜੇ ਬਹਿੰਦੇ ਆ ਬਜ਼ੁਰਗ ਕਿਸੇ ਦੀ ਏਜ 50 ਸਾਲ ਹੈ ਕਿਸੇ ਦੀ 60 ਹੈ ਕਿਸੇ ਦੀ 70 ਹੈ ਕਿਸੇ ਦੀ 80 ਆ ਹਨਾ ਜੀ ਤੇ 35 ਸਾਲ ਤੋਂ ਘੱਟ ਵਾਲੇ ਤਾਂ ਹੁਣ ਜਾਣ ਲੱਗੇ ਆ ਜਿੱਦਾਂ ਆਪਾਂ ਕਹਿ ਲਈਏ ਬਹੁਤ ਥੋੜੇ ਲੋਕ ਸੀਗੇ ਜਿਹੜੇ ਉਸ ਟਾਈਮ ਜਾਂਦੇ ਸੀ ਸੋ ਉਹ ਕੋਸ਼ਿਸ਼ਾਂ ਕਰਦੇ ਰਹਿੰਦੇ ਸੀਗੇ ਹਮੇਸ਼ਾ ਉਹ ਤਾਂ ਬਹੁਤ ਟਾਈਮ ਤੋਂ ਰੌਲਾ ਪਾ ਰਹੇ ਆ ਪਰ ਕਿਤੇ ਨਾ ਕਿਤੇ ਕਮੀ ਜਿਹੜੀ ਉਹ ਸਾਡੇ ਵਿੱਚ ਆ ਜਿਹੜੇ ਅਸੀਂ ਉਹਨਾਂ ਨੂੰ ਫੋਲੋ ਨਹੀਂ ਕੀਤਾ ਜਾਂ ਅਸੀਂ ਪਾਰਟੀਆਂ ਮਗਰ ਝੰਡੇ ਚੱਕ ਕੇ ਫਿਰਦੇ ਰਹੇ ਹਾਂ ਹੁਣ ਜੀ ਬਿਲਕੁਲ ਜੀ ਬਿਲਕੁਲ ਅੱਛਾ ਹੁਣ ਤੁਸੀਂ ਧਰਨਿਆਂ ਤੇ ਜਾਂਦੇ ਹੋ ਪਹਿਲਾਂ ਮੈਂ ਜਿਹੜੇ ਇੱਕ ਦੋ ਧਰਨੇ ਦੇਖੇ ਨੇ ਜਿੱਦਾਂ ਪੰਜਾਬ ਬੰਦ 25 ਸਤੰਬਰ ਤੋਂ ਮੇਰਾ ਖਿਆਲ ਪੰਜਾਬ ਬੰਦ ਸੀ ਪਹਿਲਾਂ ਸੱਦਾ ਸੀ ਪੰਜਾਬ ਬੰਦ ਹੋਇਆ ਸ਼ੰਭੂ ਬਾਰਡਰ 'ਤੇ ਵੀ ਕਾਫੀ ਚੱਕਾ ਜਾਮ ਰੱਖਿਆ ਹੁਣ ਤੱਕ ਉੱਥੇ ਬੈਠੇ ਨੇ ਸਾਰੇ ਨੌਜਵਾਨ ਜਿਹੜੇ ਪੀੜ੍ਹੀ ਆ ਬੜੀ ਮੋਹਰੀ ਹੋ ਕੇ ਆਈ ਆ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਸਾਰੇ ਕਿਉਂਕਿ ਸਾਰੇ ਆਪਾਂ ਕਿਸਾਨ ਪਰਿਵਾਰ ਹਾਂ ਜੇ ਗੱਲ ਕਰੀਏ 70-80% ਪੰਜਾਬ 'ਚ ਕਿਸਾਨ ਮਜ਼ਦੂਰ ਨੇ ਅੱਛਾ ਉਹ ਸਾਰੇ ਆਏ ਨੇ ਅਤੇ ਪਰ ਕਿਤੇ ਨਾ ਕਿਤੇ ਮੈਂ ਵੀ ਪ੍ਰੋਗਰਾਮ ਇੱਕ ਕੀਤਾ ਸੀ ਕਿ ਸਾਡੇ ਕਬੱਡੀ ਦੇ ਜਿਹੜੇ ਸੂਰਮੇ ਆ ਉਹ ਦਿਸੇ ਨਹੀਂ ਕਿਤੇ ਵੀ ਉਹਨਾਂ ਦਿਨਾਂ 'ਚ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਤੁਸੀਂ ਵੀ ਬੋਲਦੇ ਰਹਿੰਦੇ ਹੋ ਕਿਤੇ ਨਾ ਕਿਤੇ ਟਾਈਮ ਜਿਵੇਂ ਜਿਵੇਂ ਆਉਂਦਾ ਕਿਉਂਕਿ ਆਪਣਾ ਸਾਰਿਆਂ ਦਾ ਬੋਲਣ ਦਾ ਖਾਸ ਕਰਕੇ ਜੇ ਮੈਂ ਆਪਣੀ ਗੱਲ ਕਰਾਂ ਜਾਂ ਤੁਹਾਡੀ ਜਿਹੜੇ ਬੰਦੇ ਮੋਹਰੇ ਲੱਗੇ ਹੋਏ ਨੇ ਜਾਂ ਜਿਹਨਾਂ ਨੂੰ ਲੋਕ ਫਾਲੋ ਕਰਦੇ ਨੇ ਆਪਣਾ ਇਹੀ ਹੁੰਦਾ ਕਿ ਕਬੱਡੀ ਵਾਲੇ ਜ਼ਰੂਰ ਪਹੁੰਚਣ ਕਿਉਂਕਿ ਜਿਵੇਂ ਕਲਾਕਾਰਾਂ ਨੇ ਸਾਥ ਦਿੱਤਾ ਤੁਹਾਨੂੰ ਕੀ ਲੱਗਦਾ ਹੁਣ ਤੱਕ ਅੱਜ ਦੀ ਡੇਟ ਤੱਕ ਕਬੱਡੀ ਵਾਲੇ ਕੋਈ ਨਾ ਕੋਈ ਮੈਂ ਦੇਖ ਰਿਹਾ 5-7-15-20 ਬੰਦਿਆਂ ਦੀਆਂ ਵੀਡੀਓ ਵੀ ਮੈਂ ਦੇਖ ਲਈਆਂ ਉਸ ਤੋਂ ਬਾਅਦ ਪਰ ਉਸ ਤੋਂ ਪਹਿਲਾਂ ਕੁਛ ਨਹੀਂ ਸੀਗਾ ਪਰ ਚਲੋ ਕਿਤੇ ਨਾ ਕਿਤੇ ਆਉਣ ਲੱਗੇ ਸਾਰਿਆਂ ਨੂੰ ਪਤਾ ਲੱਗਾ ਪਰ ਕਿਉਂ ਕਬੱਡੀ ਵਾਲੇ ਤੁਹਾਡੇ ਹਿਸਾਬ ਨਾਲ ਜਿੰਨੇ ਵੀ ਸੁਪਰ ਸਟਾਰ ਨੇ ਉਹਨਾਂ ਨੂੰ ਬੜੇ ਫਾਲੋਅਰ ਨੇ ਉਹਨਾਂ ਦੇ ਉਹ ਕਿਉਂ ਨਹੀਂ ਉਹ ਮੈਸੇਜ ਆਪਣੀ ਆਪਣੀ